ਚੌਂਕੀ ਬੁਲਾਉਣ ਤੋਂ ਬਾਅਦ ਜਿਹੜਾ ਮੁੰਡਾ ਆਪਣਾ ਸੀਗਾ ਦਰਖਾਸਤ ਲਿਖਾਉਣ ਗਿਆ, ਦਰਖਾਸਤ ਲਿਖੀ ਨਹੀਂ ਗਈ ਇਹਨਾਂ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਕੀ ਕੀਤਾ, ਜਿਹੜਾ ਇੱਕ ਚਮੁੰਡਾ ਸੀ ਉਹਦੇ ਪੈਗ ਪੁੱਗ ਲਵਾਇਆ, ਪੈਗ ਲਵਾਉਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਹਵਾਲਾ 'ਚ ਦੇਤਾ ਕੁੱਟ ਕੇ, ਨਹੀਂ ਇਹਨਾਂ ਨੂੰ ਗਲਤੀ ਨਾ ਚੱਕ ਲਿਆ ਸੀਗਾ। ਪੁਲਿਸ ਮੁਲਾਜ਼ਮਾਂ ਦੀ ਇੱਕ ਕਥਿਤ ਆਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਉਹ ਮੰਨਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੇ ਵੱਲੋਂ ਇੱਕ ਗਲਤੀ ਦੇ ਨਾਲ ਮੁੰਡਾ ਕੁੱਟਿਆ ਗਿਆ। ਦਰਅਸਲ ਤੁਹਾਨੂੰ ਪੂਰਾ ਮਾਮਲਾ ਦੱਸ ਦਈਏ ਕਿ ਲੁਧਿਆਣਾ ਦੇ ਵਿੱਚ ਇੱਕ ਨੌਜਵਾਨ ਨੂੰ ਕਿਹਾ ਜਾ ਰਿਹਾ ਕਿ ਕੁਝ ਲੋਕਾਂ ਦੇ ਵੱਲੋਂ ਕਿਡਨੈਪ ਕੀਤਾ ਗਿਆ, ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸਦਾ ਫੋਨ ਤੱਕ ਖੋ ਲਿਆ ਗਿਆ ਅਤੇ ਉਸ ਤੋਂ ਬਾਅਦ ਉਸਨੂੰ ਕਾਫੀ ਦੂਰ ਲਿਜਾ ਕੇ ਛੱਡ ਦਿੱਤਾ ਗਿਆ। ਹਾਲਾਂਕਿ ਜਦੋਂ ਉਸ ਨੌਜਵਾਨ ਦੇ ਵੱਲੋਂ ਆਪਣੇ ਇੱਕ ਦੋਸਤ ਨੂੰ ਮਦਦ ਦੇ ਲਈ ਬੁਲਾਇਆ ਗਿਆ ਤਾਂ ਉਹ ਦੋਸਤ ਉੱਥੇ ਪਹੁੰਚਦਾ ਹੈ ਅਤੇ ਉਸ ਤੋਂ ਬਾਅਦ ਜਦੋਂ ਉਹ ਪੁਲਿਸ ਦੇ ਕੋਲ ਸ਼ਿਕਾਇਤ ਕਰਨ ਦੇ ਲਈ ਪਹੁੰਚਦੇ ਨੇ ਤਾਂ ਕਿਹਾ ਜਾ ਰਿਹਾ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਪੁਲਿਸ ਮੁਲਾਜ਼ਮਾਂ ਨੇ ਉਸਦੇ ਦੋਸਤ ਦਾ ਹੀ ਕੁੱਟਾਪਾ ਚਾੜ ਦਿੱਤਾ ਤਾਂ ਇਹ ਇਲਜ਼ਾਮ ਉਸ ਨੌਜਵਾਨ ਦੇ ਵੱਲੋਂ ਪੁਲਿਸ ਦੇ ਉੱਪਰ ਲਗਾਏ ਗਏ ਨੇ। ਹਾਲਾਂਕਿ ਇਸ ਸਭ ਨੂੰ ਲੈ ਕੇ ਇੱਕ ਕਥਿਤ ਆਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮ ਖੁਦ ਮੰਨ ਰਹੇ ਨੇ ਕਿ ਉਹਨਾਂ ਨੇ ਗਲਤੀ ਦੇ ਨਾਲ ਇਹ ਮੁੰਡਾ ਕੁੱਟ ਦਿੱਤਾ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਕੌਣ ਸਾਹਿਬ ਬੋਲਦੇ ਜੀ? ਅੱਛਾ ਅੱਛਾ ਅੱਛਾ, ਬਸੰਤ ਚੌਂਕੀ ਤੋਂ ਜੀ। ਪਹਿਲਾਂ ਤਾਂ ਭਾਜੀ ਸੋਰੀ ਯਾਰ, ਸਾਡੇ ਨਾ ਮੁੰਡੇ ਨੇ ਗਲਤੀ ਕਰ ਪਿੱਛੇ ਉੱਥੇ ਜਾ ਕੇ ਪਤਾ ਗਲਤੀ ਹੋਈ ਯਾਰ, ਤੁਹਾਨੂੰ ਦੱਸੀ ਸਹੀ ਗੱਲ ਦੱਸੀ। ਹਾਂਜੀ ਹਾਂਜੀ, ਇਹ ਨਾ ਇਹਨਾਂ ਨੇ ਮੈਨੂੰ ਫੋਨ ਕੀਤਾ ਇਹਨੇ ਸਾਜਾ ਜੀ ਨੇ ਵੀ ਆਹ ਗੱਲ ਹੋ ਗਈ ਹੈ। ਹਾਂਜੀ, ਮੈਂ ਉੱਥੇ ਮੁਲਾਜ਼ਮ ਭੇਜੀ, ਇਹ ਉਹਦਾ ਨਾ ਬੰਦੇ ਨੇ ਦਿਖਾਇਆ ਸੀ ਇੱਕ ਵਰਦੀ ਸੀ ਬੰਦਾ ਤੇ ਮੇਰੇ ਤੋਂ 17 ਰੁਪਏ ਖੋ ਕੇ ਕੁੱਟ ਕੇ ਮੈਨੂੰ ਚੱਕ ਗਏ ਨੇ। ਹਾਂਜੀ, ਇਹਨਾਂ ਨੇ ਕੀਤਾ ਭਾਈ, ਕਹਿੰਦੇ ਪਕਾਲ ਕਿੱਤੇ ਨੇ ਬੰਦੇ ਫੜ ਲਏ ਅਸੀਂ। ਹਾਂਜੀ, ਬੰਦੇ ਫੜ ਲਏ, ਚੌਂਕੀ ਲੈ ਆਓ ਜਿਹੜੇ ਬੰਦੇ ਨਾ ਬੰਦਾ ਪਤਾ ਕਰੇ ਕਿਹੜਾ ਬੰਦਾ ਮਾਰਤ ਕਰ ਗਿਆ, ਕੀ ਅੱਧਾ ਇੱਕ ਬੰਦੇ ਵਰਦੀ ਪਾਈ ਸੀ ਨਾ ਚੋਂ। ਹਾਂਜੀ, ਤੇ ਇਹ ਕੀ ਆਏ ਨੀ ਯਾਰ ਬੰਦੇ, ਇਹਨਾਂ ਨੇ ਆਪੇ ਛੱਡ ਛੁੱਟਦਾ, ਕਹਿੰਦੇ ਜੀ ਅਸੀਂ ਬੰਦਾ ਛੱਡਦਾ ਫੜ ਲਿਆ ਸੀਗਾ, ਇੱਥੋਂ ਇੱਕ ਹੋਰ ਫੜ ਲਵਾਂਗੇ, ਯਾਰ ਕਰ ਲਵਾਂਗੇ। ਨਹੀਂ ਇੱਦਾਂ ਥੋੜੀ ਕਹਿੰਦੇ ਜੀ, ਇਹ ਤਾਂ ਥੋੜਾ ਸ਼ੱਕ ਜਿਹਾ ਹੋ ਗਿਆ ਤੇ ਇਹਨਾਂ ਨੂੰ ਮੁਲਾਜ਼ਮਾਂ ਨੇ ਇਹਨਾਂ ਦੀ ਸਹੀ ਵਗੈਰਾ ਦੀ ਗਲਤੀ ਹੈ ਵੀ ਇਹਨਾਂ ਨੂੰ ਲਾ ਗਏ ਡਰ। ਨਹੀਂ ਇਹਨਾਂ ਨੂੰ ਗਲਤੀ ਨਾ ਚੱਕ ਲਿਆ ਸੀਗਾ, ਨੇ ਖੋਇਆ ਸੀਗਾ, ਇਹਨਾਂ ਨੇ ਖੋਇਆ ਸੀ ਮੁੰਡਿਆਂ ਨੇ। ਬਾਅਦ ਜਿਹੜਾ ਮੁੰਡਾ ਆਪਣਾ ਸੀਗਾ ਦਰਖਾਸਤ ਲਿਖਾਉਣ ਗਿਆ, ਦਰਖਾਸਤ ਲਿਖੀ ਨੀ ਗਈ ਇਹਨਾਂ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਤੁਸੀਂ ਕੀ ਕੀਤਾ, ਜਿਹੜਾ ਇੱਕ ਚਮੁੰਡਾ ਸੀ ਉਹਦੇ ਪੈਗ ਪੁੱਗ ਲਵਾਇਆ, ਪੈਗ ਲਵਾਉਣ ਤੋਂ ਬਾਅਦ ਤੁਸੀਂ ਇਹਨਾਂ ਨੂੰ ਹਵਾਲਾ 'ਚ ਦੇਤਾ ਕੁੱਟ ਕੇ। ਮੈਂ ਕਿਹਾ ਸਰ ਤੁਸੀਂ ਚੌਂਕੀ ਇੰਚਾਰਜ ਮੌਕੇ 'ਤੇ ਹਾਜ਼ਰ ਸੀਗੇ। ਨਹੀਂ ਨਹੀਂ ਮੈਨੂੰ ਤਾਂ ਪਤਾ ਲੱਗਿਆ ਤੁਸੀਂ ਮੌਕੇ 'ਤੇ ਸੀਗੇ, ਜਦੋਂ ਉੱਪਰ ਬੈਠ ਕੇ ਡਰਿੰਕ ਕਰ ਰਹੇ ਸੀ ਤੁਸੀਂ ਉੱਥੇ ਸਾਰੇ, ਸਾਰਾ ਉਨੀ ਸੀਗੇ, ਤੁਸੀਂ ਸੀਗੇ ਤਿੰਨ ਚਾਰ ਜਣੇ, ਚੌਂਕੀ ਇੰਚਾਰਜ ਵੀ ਤੁਸੀਂ ਵੀ ਸੀਗੇ, ਕੈਮਰੇ ਤੁਹਾਡੇ ਲੱਗੇ ਹੀ ਹੋਣੇ ਆ ਮੌਕੇ 'ਤੇ, ਕੌਣ ਸੀ ਕੌਣ ਨਹੀਂ, ਕਿੰਨਾਂ ਨੇ ਬਿਠਾਇਆ, ਜੋ ਮੈਂ ਤੁਹਾਡੇ ਨਾਲ ਰਾਤ ਵਾਅਦਾ ਕਰਕੇ ਗਿਆ। ਮੈਂ ਕਿਹਾ ਸਰ ਸਾਡਾ ਬੰਦਾ ਗਲਤ ਹੋਊਗਾ ਪਰਚਾ ਦਿਓ, ਮੈਂ ਤੁਹਾਨੂੰ ਹੁਣ ਵੀ ਕਹਿੰਦਾ ਵਾਂ ਸਾਡਾ ਬੰਦਾ ਗਲਤ ਹੋਊਗਾ ਪਰਚਾ ਦਿਓ, ਪਰ ਜਿਹੜੇ ਸਾਡੇ ਸਾਡੇ ਬੰਦੇ ਨਾਲ ਨਜਾਇਜ਼ ਹੋਈ ਹੈ ਨਾ, ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਸਰ। ਤੁਸੀਂ ਖਾਮਿਦ ਮੈਂ ਤੈਨੂੰ ਵੀ ਅੰਦਰ ਦੇ ਦਾਂਗਾ। ਚਲੋ ਕੋਈ ਗੱਲ ਨੀ ਭਾਜੀ, ਮੈਂ ਨਾ ਇੱਕ ਵਾਰੀ MLA ਸਾਹਿਬ ਨੇ ਬੁਲਾਇਆ ਸੀਗਾ, ਉਹਨਾਂ ਦੀ ਗੱਲ ਸੁਣ ਕੇ ਫਿਰ ਮੈਂ ਤੁਹਾਨੂੰ ਮਿਲਦਾ ਵਾਂ ਜੀ। ਸਰ ਪਰਸੋਂ ਦੀ ਗੱਲ ਹੈ, ਮੈਨੂੰ ਇੱਕ ਫੋਨ ਆਇਆ ਮਨੀਸ਼ ਦਾ, ਫਰੈਂਡ ਦਾ ਮੇਰੇ ਦਾ, ਅਤੇ ਉਹਨਾਂ ਦੀ ਗਾਹਾਂ ਦੋਸਤ ਦੀ ਨਾ ਖੋਹ ਹੋ ਗਈ ਸੀ ਤਾਂ ਦੁਗਰੀ ਜੈਨ ਮੰਦਰ ਦੇ ਕੋਲੋਂ, ਅਤੇ ਮੈਨੂੰ ਫੋਨ ਆਇਆ ਕਿ ਵੀ ਸਾਡੇ ਨਾਲ ਖੋਹ ਹੋ ਗਈ ਆ, ਅਤੇ ਇੱਦਾਂ ਇੱਦਾਂ ਸਾਡਾ 10-11 ਹਜ਼ਾਰ ਰੁਪਇਆ ਜੇਬ 'ਚੋਂ ਕੱਢ ਲਿਆ, ਅਤੇ ਚਾਂਦੀ ਦੀ ਚੈਨ ਗਲ 'ਚ ਸੀ,
तो यह चीज़ा मेरे तो खो हो गई। मैं चलो मैं कोई गल नहीं, मैं इंचार्ज साहब को फोन करदा, मैं इंचार्ज साहब को फोन किया कि सर अपने एरिए खो हो गई तो तुम मुलाजम भेजो, असं गड्डी ट्रेस कर लें, इतने लोकली हजे फड़ लाँगे जी। तो इंचार्ज साहब कहते कोई नहीं मैं भेजदा मुलाजम, उन्होंने मुलाजम नहीं भेजे। दो घंटे देखे नहीं भेजे। उस तो बाद मैनू बैक कॉल उस मुंडे की आई जिन्हें खो हुई, इन्हों की आई कि भाई बंदे ट्रेस हो गए, पता लग गया एक डेलो का है, तो दो पता नहीं किहड़े पिंड दे दसे सीगे। तो वो फिर मैं इंचार्ज मैं ठीक है मैं करदा, मैं कट के इंचार्ज साहब नूं फोन लाया, सानू बंदे एक का पता लग गया जी। तो इंचार्ज साहब कहिंदे तुसीं बंदा फड़ के लियाओ, मैं कहा सर बंदा असी थोड़ा फड़ना जी, वो तुसीं फड़ना, असी नहीं फड़ना हो। तो कहिंदे चलो कोई नहीं मैं दविंदर सर नूं नंबर दिना। फिर मैंने अद्धे घंटे बाद दविंदर सर का फोन आया कि बंदा कितने आई, मैं कहा बंदा साढ़े को नहीं, असं सानू घर पता लग गया, लोकेशन तो फोटो तुहानू पाती, मैं वट्सएप इंचार्ज साहब नूं कीती ते दविंदर सर नूं भी कीती। तो उस तो बाद दविंदर सर कहिंदे हुण रेड हुण करिए कि सवेरे करिए, मैं कहा तुसीं दसो हुण करनी है कि सवेरे करनी है। तो यह कहिंदे फिर एक काम कर अज रहण दे आपां सवेरे चलांगे, मैं कहा ठीक है सर आपां सवेरे चल जाएंगे। तो उस तो मैं दुकान पर चल गया, अपना काम कर रहा सीगा, 8 बजे का टाइम सी, मैं दुकान पर बैठा, मैनू इंचार्ज साहब का फोन आया कि साजन कित्थे आ, मैं कहा मैं दुकान पर आ सर। तो वह इंचार्ज साहब का गुरमीत सर ने, तो उन्हों का फोन आया तो कहते तू चौंकी आ, मैं कहा सर आ गया, मेरे को मेरा फ्रेंड बैठा आया, मैं असी दुकान बधाई, मैं इनू कहा चल मेरे नाल दो मिनट चौंकी जाके आना, तो ये मेरे नाल चला गया। इनू कोई वाकया का नहीं पता गल का कि हुई। तो असी गए उद मैं थले एक सार जिते ज गुरजीत सर बैठे खड़े सके, मैं कहा सर इंचार्ज साहब कितने, कहता कोठे ते नहीं, वो अंदर कमरे च बैठे 5-6 मुलाजम पैग दारू बोतल खोलिया हुई दारू पी रहे थे। ठीक है जी, असी पहले बैठे 2-3 मिनट वधिया गल की, उन्होंने कुर्सी पर बैठे असी गल कर रहे, थलों दी वो सार्ज ASI वो उपर आया, आके मैनू देख के ते मैं उठाया, मैं कहा सर बह जाओ, तो उन्होंने मेरा फोन खोया, मेरे चपेड़ मारी, मैं कहा सर आ की करी जाने, फोन खो के मेरा वो थले सुटता मंजे के कोल। उस तो बाद इन्होंने डांग चक ली, मैनू सारिया ने कुटिया, मैनू भी तो मेरे फ्रेंड नू भी, वो गोडा हिल गया जी, लत्त दे उहदे फ्रैक्चर है शायद, MLR कटाई हुई है जी, सिविल परचा कराया इन्हों का। सानू मंग है साडा जिहड़ा सानू कुटमार की है साडा इंसाफ करे, बनदी कार्रवाई की जाए। पुलिस ने अजे तक कुछ नहीं, उन्होंने कुछ नहीं फड़िया, कुछ नहीं करते पे, कोई कार्रवाई नहीं कर रहे, उल्टा जिहड़े बंदे नाल खोह हुई है उन्होंने घर रेड जाके उन्हें डैडी नू फड़ के लै जाते हैं, कल भी लै गए अज भी लै गए। उस तो बाद इंचार्ज साहब का मेरे फ्रेंड नू किसी फोन आया कि बई असी साढ़े तो गलती हो गई, असी दारू पी के अदा अदा मुंडे ना करती, साढ़े बहुत वड्डी गलती है, हाँ जी कुटमार की है, सार्ज ASI ने शुरू किया कुटमार की, असी माफ़ी मंगते हैं यदि, सानू इंचार्ज का खुद फोन आया, हुण साडी मंग है जी सानू इंसाफ मिले। मैं कल जदों बाईपास तो करीब 4 बजे घर जा रहा सी, ते मेरे को एक स्विफ्ट डिजायर गड्डी आई जी, 4 मुंडे सीगे विच बैठे, 2 मुंडे बाहर आए, दोनों ने मेरे नाल कुटमार करके मैनू गड्डी चवा लिया जी। ठीक है, फिर सीधे ही मैनू जैन मंदिर वल्लों दी कुटमार करते करते सीधा महमूदपुरे लै जाके, महमूदपुरे 7 चों बाहर कढ़िया मैनू, मेरे नाल कुटमार फिर की, फिर मैनू सिट के चल गए। फिर मैं जब किसी का फोन मंग के मेरे को 11,000 सी, मेरा एक चैन सी फोन सी वो लैके चल गए। फिर जब मैं किसी तो फोन मंग के मेरे दोस्त नू मनीष नू फोन किया, तो फिर वो मैनू घर लैके गया, तो उस तो बाद फिर वो बंदे ने किस वीरे नू फोन किया किसी नू कंप्लेंट करन ली, ते उना नाल भी, ते उस तो बाद कि जब मैं रिपोर्ट लिखाण गया पुलिस चौंकी, तो उन्होंने मेरी नहीं सुनी। ठीक है, तो उस तो बाद वो मेरे ही घरदियां नू टोर्चर कर रहे ने, ते मेरे ही दोस्तों नाल कुटमार की, ते मेरे घरदियां नू भी टोर्चर कर रहे, कल भी चक लिया मेरे पापा नू ते अज भी। ओ मैं रिपोर्ट भी लिखाई फिर भी वो साडे मेरे ही घरदियां नू चक रहे जी, टोर्चर कर रहे, वो जिहड़े जिन्हां ने किडनैप कीता उन्हां नू पकड़ रहे, नहीं पकड़ रहे उन्होंने, वो सुनवाई नहीं कर रहे बिल्कुल। की चाहते हो हुण? सानू साडा ओही चाहिदा जी जो हक मिल जाए साडा।